केपीडी न्यूज, हक सच और इंसाफ की आवाज। ਫਾਜ਼ਿਲਕਾ ਪੁਲਿਸ ਨੂੰ ਮਿਲੀ ਅਹਿਮ ਕਾਮਯਾਬੀ। ਲੁੱਟ ਪਾਟ ਡਕੈਤੀ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼। ਫੜੇ ਗਏ ਇਸ ਗਿਰੋਹ ਦੇ 5 ਮੈਂਬਰਾਂ ਤੋਂ 1 ਐਕਟਿਵਾ ਸਮੇਤ 15 ਮੋਟਰਸਾਈਕਲ, 62 ਗ੍ਰਾਮ ਸੋਨਾ, 1 ਕਿਲੋ ਚਾਂਦੀ ਅਤੇ 3 ਮੋਬਾਈਲ ਕੀਤੇ ਬਰਾਮਦ। ਜ਼ਿਲ੍ਹਾ ਫਾਜ਼ਿਲਕਾ ਵਿੱਚ ਲੁੱਟ ਖਸੁੱਟ, ਚੋਰੀ ਅਤੇ ਡਕੈਤੀ ਕਰਨ ਵਾਲੇ ਗਿਰੋਹ ਨੇ ਜਿੱਥੇ ਫਾਜ਼ਿਲਕਾ ਪੁਲਿਸ ਦੀ ਨੱਕ ਵਿੱਚ ਦਮ ਕਰ ਰੱਖਿਆ ਸੀ ਅਤੇ ਇਸ ਗਿਰੋਹ ਵੱਲੋਂ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਜਿਸ ਦੇ ਖਿਲਾਫ ਫਾਜ਼ਿਲਕਾ ਪੁਲਿਸ ਵੱਲੋਂ ਇੱਕ ਅਭਿਆਨ ਛੇੜ ਰੱਖਿਆ ਸੀ, ਜਿਸ ਦੇ ਤਹਿਤ ਕਾਮਯਾਬੀ ਹਾਸਲ ਕਰਦੇ ਹੋਏ ਫਾਜ਼ਿਲਕਾ ਥਾਣਾ, ਸਿਟੀ ਪੁਲਿਸ ਅਤੇ CIA ਸਟਾਫ ਵੱਲੋਂ ਜ਼ਿਲ੍ਹੇ ਵਿੱਚ ਲੁੱਟ ਖਸੁੱਟ, ਡਕੈਤੀ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ 1 ਐਕਟਿਵਾ ਅਤੇ 14 ਵੱਖ ਵੱਖ ਕੰਪਨੀਆਂ ਦੇ ਮੋਟਰਸਾਈਕਲ, 62 ਗ੍ਰਾਮ ਸੋਨਾ, 1 ਕਿਲੋ ਚਾਂਦੀ ਸਮੇਤ 3 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਫਾਜ਼ਿਲਕਾ ਤੋਂ ਸੁਰਿੰਦਰਜੀਤ ਸਿੰਘ ਦੀ ਰਿਪੋਰਟ। ਟੋਟਲ ਆਜ ਮਤਲਬ ਇੱਕ ਕੇਸ ਮੇਂ 15 ਮੋਟਰਸਾਈਕਲ ਮਿਲੀ ਹੈ ਔਰ ਏਕ ਮੇਂ ਇੱਕ ਪਲਸਰ ਹੈ, ਟੋਟਲ 16 ਮੋਟਰਸਾਈਕਲ। ਸਰ, ਜਿਸ ਵਿਅਕਤੀ ਕਾ ਹੱਤਿਆ ਕੇ ਮਾਮਲੇ ਮੇਂ ਜੇਲ ਮੇਂ ਹੋਣਾ ਬਤਾਤੇ, ਉਸਕਾ ਕਿਆ ਰੋਲ ਹੈ ਇਸ ਕੇਸ? ਜੋ ਰੋਨ ਕੀ ਇਹ ਜੋ ਲੜਕਾ ਹੈ, ਯੇ ਵੀ ਇਸੀ ਜੋ ਰੋਬਰੀਜ਼ ਕਰਤੇ ਥੇ, ਦੁਕਾਨੋਂ ਕੇ ਤੋੜ ਕਰਕੇ, ਤੋ ਉਸਮੇਂ ਯੇ ਵੀ ਇੱਕ ਇਨਵੋਲਵ ਥਾ। ਰੋਨ ਕੀ ਉਰਫ ਜਸਵੀਰ ਸਿੰਘ, ਯੇ ਅਭੀ 302 ਕੇ ਕੇਸ ਮੇਂ ਜੇਲ ਮੇਂ। ਸਰ, ਜੇਲ ਕੇ ਅੰਦਰ ਯੇ ਸਾਜਿਸ਼ ਰਚੀ ਗਈ ਥੀ ਉਸਕੇ? ਨਹੀਂ, ਯੇ ਬਾਅਦ ਮੇਂ। ਸਰ, ਯੇ ਗਿਰੋਹ ਕਿਤਨੀ ਦੇਰ ਸੇ ਕਾਮ ਕਰ ਰਹਾ ਹੈ? ਦੇਖੋ, ਇਨਕੇ ਉੱਪਰ ਜੋ FIR ਹੈ 2006-07 ਸੇ ਲੈ ਕੇ 2013-14 ਸੇ, ਇਹ ਕੰਟੀਨਿਊਸਲੀ ਬਾਹਰ ਆ ਕੇ ਇਸ ਤਰ੍ਹਾਂ ਸੇ ਵਾਰਦਾਤੇ ਕਰ ਰਹੇ, ਤੋ ਇਨਮੇਂ ਸੇ 3 ਬੰਦੇ ਅਰੈਸਟ ਹੋਏ, ਬਾਕੀ ਬੰਦੇ ਹਮ ਰੇਡ ਕਰ ਰਹੇ, ਬਾਕੀ ਬੰਦੇ ਵੀ ਜਲਦੀ ਸੇ ਅਰੈਸਟ। ਇਹ ਕਹਾਂ ਕੇ ਰਹਿਣ ਵਾਲੇ ਸਰ ਜੋ ਪਕੜੇ ਗਏ ਹੈਂ? ਇਹ ਲੋਕਲ ਫਾਜ਼ਿਲਕਾ ਜਲਾਲਾਬਾਦ ਕੇ ਬੀਚ ਕੇ ਜੋ ਵਿਲੇਜਸ ਹੈ, ਇੱਕ ਆਨੰਦਪੁਰ ਮੋਹਲਾ ਫਾਜ਼ਿਲਕਾ, ਇੱਕ ਟਿਵਾਨਾ ਖਲਾ ਜਲਾਲਾਬਾਦ ਕੇ ਰਹਿਣ ਵਾਲੇ ਹੈ, ਇੱਕ ਚਕਰਨੀ ਵਾਲਾ ਕਾ ਹੈ ਔਰ ਜਲਾਲਾਬਾਦ ਕੇ ਨਜ਼ਦੀਕ। ਸਰ, ਟੋਟਲ ਰਿਕਵਰੀ ਕੀ ਅਗਰ ਕੀਮਤ ਆਕੀ ਜਾਏ ਤੋ ਕਿਤਨੇ ਮੇਂ ਹੋਗੀ? ਦੇਖੋ, 32 ਗ੍ਰਾਮ ਸੋਨਾ ਹੈ, ਤੋ ਆਪ ਹਿਸਾਬ ਲਗਾ ਸਕਤੇ ਹੋ ਕਿ 6 ਤੋਲੇ ਸੇ ਉੱਪਰ ਹੈ ਸੋਨਾ, ਔਰ 1 ਕਿਲੋ ਚਾਂਦੀ ਹੈ। ਸਰ, ਜਿਨਕੀ ਦੁਕਾਨ ਪਰ ਡਾਕਾ ਪੜਾ ਥਾ, ਉਨਕੀ ਔਰ ਸੇ ਕੋਈ ਇਨਵੈਸਟੀਗੇਸ਼ਨ ਪਾਰਟ ਹੈ ਵੋ ਜੋ ਬਤਾਇਆ ਗਿਆ? SPD ਸਾਹਿਬ ਇਸਕੋ ਸੁਪਰਵਾਈਜ਼ ਕਰਨਗੇ ਕਿ ਐਕਚੁਅਲੀ ਕਿਤਨਾ ਸੋਨਾ ਔਰ ਚਾਂਦੀ ਚੋਰੀ ਹੁਆ ਥਾ ਵਹਾਂ ਸੇ, ਔਰ ਜੋ ਰਿਕਵਰੀ ਹਮ ਉਸਕੋ ਮੈਚ ਕਰਨਗੇ ਕਿ ਐਕਚੁਅਲ ਮੇਂ ਕਿਤਨਾ ਚੋਰੀ ਹੁਆ ਥਾ ਔਰ ਰਿਕਵਰੀ ਕਿਤਨੀ। ਜੋ ਸੋਨਾ ਬਰਾਮਦ ਹੋਇਆ ਉਸਨੂੰ ਪਹਿਲੇ ਵੇਚਿਆ ਵੀ ਇਹਨਾਂ ਬਾਹਰ ਕਹੀਂ ਉਹਨੇ? ਇਹਨਾਂ ਨੇ ਜੋ ਜਵੈਲਰ ਕੋ ਵੇਚਾ ਹੁਆ ਹੈ, ਕੁਛ ਸੋਨਾ ਵੇਚਾ ਹੁਆ ਹੈ, ਜਬ ਜਵੈਲਰ ਕੋ ਹਮ ਅਰੈਸਟ ਕਰਨਗੇ, ਪਕੜਾ ਜਾਏਗਾ, ਉਸਕੇ ਬਾਅਦ ਉਹ ਕਲੀਅਰ ਹੋਗਾ। ਉਹ ਕਹਾਂ ਵੇਚਾ ਸਰ, ਫਾਈਲ ਕਰ ਜਾਂ ਬਾਹਰ ਕਹੀਂ? ਉਹ ਪੰਕਜ ਕਰਕੇ ਜੋ ਜਵੈਲਰ ਹੈ ਉਹ ਜਲਾਲਾਬਾਦ ਕਾ ਰਹਿਣ ਵਾਲਾ ਹੈ, ਉਸਕੇ ਦੁਕਾਨ ਔਰ ਘਰ ਦੋਨੋਂ ਤਾਲੇ ਲਗਾ ਕੇ ਬਾਹਰ। ਫਰਦਰ ਕੁਛ ਹੋਰ ਬਰਾਮਦਗੀ ਹੋ ਸਕਦੀ ਹੈ? ਔਰ ਬਰਾਮਦਗੀ ਹੋ ਸਕਦੀ ਜਬ ਬਾਕੀ ਬੰਦੇ ਪਕੜੇ ਜਾਏ ਔਰ ਜੋ ਸੋਨਾਰ ਜੋ ਪਕੜਾ ਜਾਏ। ਸਰ, ਜੇ ਕੌਣ ਸੀ ਟੀਮ ਨੇ ਬਰਾਮਦ ਕੀਆ ਹੈ ਜਾਂ ਸਿਟੀ ਪੁਲਿਸ ਜਾਂ ਔਰ ਕੋਈ? ਸਿਟੀ ਫਾਜ਼ਿਲਕਾ ਕੀ ਜੋ ਟੀਮ ਹੈ, SPD ਸਾਹਿਬ ਕੇ ਸੁਪਰਵਿਜ਼ਨ ਕੇ ਅੰਡਰ ਔਰ DSP ਫਾਜ਼ਿਲਕਾ ਕੇ ਸੁਪਰਵਿਜ਼ਨ ਕੇ ਅੰਡਰ, DSP ਫਾਜ਼ਿਲਕਾ ਐਂਡ SHO ਸਿਟੀ ਫਾਜ਼ਿਲਕਾ, ਕਿਉਂਕਿ ਦੋਨੋਂ ਜੋ FIR ਦਰਜ ਹੋਏ ਸਿਟੀ ਫਾਜ਼ਿਲਕਾ ਕੇ ਥੇ, ਦੋਨੋਂ ਟਰੇਸ ਹੋਏ ਔਰ ਜੋ ਗਿਰੋਹ ਪਕੜਾ ਗਿਆ ਹੈ ਇਨਕੇ ਉੱਪਰ ਮਲਟੀਪਲ FIR ਦਰਜ ਹੈ। ਇਹ ਬਹੁਤ ਬੜਾ ਗਿਰੋਹ ਕਿ ਜਿਨ੍ਹਾਂ ਨੇ ਇਹ ਲੁੱਟਾ ਖੋਹ ਕੇ ਵਾਰਦਾਤ।
कोई रिमांड वगैरह ले जाएंगे? अभी हम कोर्ट में पेश करेंगे, कल ही उनको अरेस्ट किया है, और ज़्यादा से ज़्यादा रिमांड लेके बाकी बंदों को भी अरेस्ट करने के हमारे। सर ऑफिसर का नाम बता देंगे जिनकी वजह से सारा? एसपीडी साहब और डीएसपी जो वैभव सैगल है, एसएचओ मैडम है, इन्होंने ये कार्रवाई की है। और एक बहुत अच्छा उपराला है कि इनमें 15 मोटरसाइकिल भी जो चोरी के मोटरसाइकिल थे तो बरामद हुए। मामले भी बड़े दर्ज ने सर, दूसरे है चोरी दे। नहीं डकैती की कीती सीगी तुसी? नहीं सर, ये मतलब जिन्होंने प्लान बनाया वो भागे हुए। तू नाल गया नहीं? तू केड़े केस ही फड़या? तेनू केड़े केस? सोना लेके। सोना लेके? हां जी। अच्छा किन्ना सोना सीगा? पता नहीं, मालूम मालूम नहीं। नहीं किन्ना है तेरा? उरना नहीं मेनू यार, इन्हनु ले जाओ यार। हां चलो चलो। ओके हां, उच्ची बोल उच्ची बोल जी। 8 8 कितों कितों ये तनी है जी? इन्ना दा नहीं पता जी, याद नहीं है कितनी देर तो काम करता रहा जी? मेनू टेप 3 महीने हो गए। आगे बेचे भी ने जी? अगे तो नहीं, यही बरामद हुआ जी। करोंगे ਵੇਚੇ ਕਿੰਨੇ ਨੇ ਤੂੰ? ਕਿੰਨੇ ਕਿੰਨੇ ਵੇਚੇ ਨੇ ਜੀ? ਵੇਚੇ ਨਹੀਂ, ਬਾਕੀ ਆਪਣੇ ਇੱਕ ਤਾਂ ਵੇਚੇ ਹੋਣਾ ਵਿੱਚੋਂ, ਨਵਾਂ ਨਵਾਂ ਹੈਗਾ ਸੀ ਜਿਹੜਾ। ਕਿੰਨੇ ਵੇਚੇ ਸੀ ਉਹ? ਵੇਚੋ ਨਹੀਂ ਕੋਈ, ਨਹੀਂ ਇਹ ਨੰਬਰ ਲਾ ਕੇ ਵੇਚਦੇ ਸੀ ਕਿ ਬਿਨਾਂ ਨੰਬਰਾਂ ਤੋਂ ਵੇਚਦੇ ਸੀ ਜੀ? ਬਿਨਾਂ ਨੰਬਰ। ਅੱਛਾ ਕਿੰਨੇ ਜਗ੍ਹਾ ਵੇਚਦੇ ਸੀ ਤੁਸੀਂ ਜੀ? 4,000-3,500 ਜੀ। ਨਹੀਂ ਯਾਰ, ਜਿਹੜੇ ਬਰਾਮਦ ਹੋਏ ਸਾਰੇ ਸਾਰੇ ਬਾਈਕ ਜਿਹੜੇ ਨੇ ਉਹ ਸਪਲੈਂਡਰ ਨੇ, ਤੂੰ ਸਪਲੈਂਡਰ ਦੀ ਕਿਉਂ ਘੇਰੇ? ਕੋਈ ਹੋਰ ਮੋਟਰਸਾਈਕਲ ਕੋਈ ਚੋਰੀ ਨਹੀਂ ਹੁੰਦਾ ਸੀ ਜੀ? ਨਹੀਂ ਜੀ, ਕਿਹੜੇ ਚਕਮੋਚਨ ਵਾਲਾ ਪਿੰਡ ਆਇਆ, ਔਰ ਇੱਕ ਬਲਜੀਤ ਸਿੰਘ ਜਿਤਨੀ ਰਿਕੋਰਡਿੰਗ ਹੋਈ ਹੈ, ਔਰ ਰਿਕੋਰਡਿੰਗ ਹੋਣੀ ਕੀ ਸੰਭਾਵਨਾ ਹੈ? ਜੋ ਸੋਨੇ ਕੇ ਕੇਸ ਵਿੱਚ ਜਬ ਸੁਨਾਰਾ ਪਕੜਾ ਜਾਏਗਾ। ਲੋਕ ਫਾਈਲ ਕਰਦੇ ਇਸ ਨਾਲ ਸਰ? ਫਾਈਲ ਕਰਦੇ ਨਹੀਂ, ਇਹ ਟਿਵਾਣਾ ਕਰਦਾ ਹੈ ਨਾ, ਜਲਾਲਾਬਾਦ ਪੰਕਜ ਸੇ ਜਲਾਲਾਬਾਦ। ਬਿਲਕੁਲ ਬਲਾਈਂਡ ਕੇਸ ਸੀ, ਠੀਕ ਹੈ। ਤੋ ਹਮੇ ਜਬ ਤੱਕ ਇਹ ਬੰਦੇ ਹੋ ਸਕਤੇ, ਜਬ ਹਮਨੇ ਇੱਕ ਇੱਕ ਕਾ ਮਤਲਬ ਥੋੜ੍ਹਾ ਸਾ ਪਤਾ ਕਰਵਾਇਆ, ਤੋ ਇਹ ਨਿਕਲਾ। ਮਗਰੋਂ ਬੈਠਾ ਸੈਟਿੰਗ ਨਹੀਂ ਕਰੀ ਨਾ ਮੈਂ।
ਠੀਕ ਹੈ ਠੀਕ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।